ਕੋਰੋਨਾ ਵਾਇਰਸ ਦਾ ਡਰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਅਹਿਮ ਫੈਸਲੇ ਲਏ ਜਾ ਰਹੇ ਨੇ। ਕਰਤਾਰਪੁਰ ਕੋਰੀਡੋਰ ਤੋਂ ਬਾਅਦ ਹੁਣ ਦੂਰਬੀਨ ਦਰਸ਼ਨੀ ਸਥਲ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨੂੰ ਲੈ ਕੇ ਲੋਕਾਂ ਨੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਲੋਕਾਂ ਨੇ ਇਸ ਫੈਸਲੇ ਨੂੰ ਸਹੀ ਦੱਸਿਆ ਹੈ ਅਤੇ ਕੁਝ ਨੇ ਗਲਤ ਦੱਸਿਆ ਹੈ। ਦੱਸਣਯੋਗ ਹੈ ਕਿ ਇਹ ਫੈਸਲਾ ਲੈਣ ਤੋਂ ਪਹਿਲਾਂ ਸਰਕਾਰ ਕੋਰੀਡੋਰ ਬੰਦ ਕਰਨ ਦਾ ਫੈਸਲਾ ਲੈ ਚੁੱਕੀ ਹੈ। ਪਾਕ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਦੂਰਬੀਨ ਇੱਕ ਜ਼ਰੀਆ ਸੀ, ਜਿਸ ਨੂੰ ਵੀ ਹੁਣ ਸਰਕਾਰ ਨੇ ਬੰਦ ਕਰਨ ਦਾ ਫੈਸਲਾ ਸੁਣਾਇਆ ਹੈ। ਸਿੰਘ ਨਾਂ ਜੀ ਮੇਰਾ, ਅਸੀਂ ਫਤਿਹਗੜ੍ਹ ਚੂੜੀਆਂ ਤੋਂ ਆਏ ਜੀ। ਦਰਸ਼ਨ ਕਰਨ ਆਏ ਸੀ ਮਹਾਰਾਜ ਦੇ, ਤੇ ਅੱਗੋਂ ਜੋ ਆਪਣਾ ਬਹਿਸ ਚੱਲਣ ਡਿਆ ਜੀ, ਉਹਦੇ ਕਾਰਨ ਸਰਕਾਰ ਨੇ ਫੈਸਲਾ ਲਿਆ ਵੀ ਬੰਦ ਕੀਤਾ ਜਾਵੇ ਜੀ। ਤੇ ਬਾਕੀ ਦਿੱਕਤ ਤੇ ਸੰਗਤ ਨੂੰ ਆ ਰਹੀ ਆ ਬਹੁਤ, ਜਿੰਨੇ ਵੀ ਲੋਕ ਆ ਰਹੇ ਆ ਵਾਪਸ ਜਾ ਰਹੇ ਆ ਵੀ ਅੱਗੇ ਨਹੀਂ ਜਾਣ ਦੇਣ ਡੇ, ਛੇਤੀ ਤੋਂ ਛੇਤੀ ਸਰਕਾਰ ਅੱਗੇ ਬੇਨਤੀ ਹੈ ਵੀ ਖੋਲਣਾ ਚਾਹੀਦਾ। ਪੱਟੀ ਸ਼ਹਿਰ ਤੋਂ ਆਏ ਆ ਜੀ, ਜ਼ਿਲ੍ਹਾ ਤਰਨ ਤਾਰਨ। ਅਸੀਂ ਇਹ ਡੇਰੇ ਬਾਬੇ ਨਾਨਕ ਤੇ ਕਰਤਾਰਪੁਰ ਤੋਰ ਦੇ ਦਰਸ਼ਨ ਕਰਨ ਆਏ ਸੀ। ਸਾਨੂੰ ਇੱਥੇ ਪਤਾ ਲੱਗਾ ਵੀ 31 ਤਰੀਕ ਤੱਕ ਕੋਰੋਨਾ ਵਾਇਰਸ ਦੇ ਨਾਲ ਇਹ ਪਾਬੰਦੀ ਲੱਗੀ ਆ ਜੀ, ਅਤੇ ਅਸੀਂ ਇੱਥੋਂ ਹੁਣ ਵਾਪਸ ਚੱਲ ਚੱਲੇ ਹਾਂ। ਫਿਰ ਅਸੀਂ ਜਦੋਂ ਕੋਈ ਇੱਕ ਮਹੀਨੇ ਨੂੰ 20 ਦਿਨਾਂ ਨੂੰ ਜਦੋਂ ਬਿਮਾਰੀ ਜਿਹੜੀ ਆ ਇਹ ਖਤਮ ਹੋ ਜੂਗੀ ਅਤੇ ਫਿਰ ਆਣ ਕੇ ਦਰਸ਼ਨ ਕਰਾਂਗੇ। ਸਾਨੂੰ ਕੋਈ ਪਰੇਸ਼ਾਨੀ ਨਹੀਂ ਗੀ ਵੀ ਅਸੀਂ ਵਾਪਸ ਜਾ ਰਹੇ ਹਾਂ। ਸਰਕਾਰ ਦਾ ਫੈਸਲਾ ਬਹੁਤ ਵਧੀਆ ਹੈ ਜੀ। ਮੇਰਾ ਨਾਮ ਅਵਿਰਲ ਦਿਵੇਦੀ ਹੈ, ਮੈਂ ਲਖਨਊ ਸੇ ਆਇਆ ਹੂੰ। ਮੈਂ ਯਹਾਂ ਪੇ ਕਰਤਾਰਪੁਰ ਕੋਰੀਡੋਰ ਦੇਖਨੇ ਆਇਆ ਥਾ, ਔਰ ਜੋ ਕਿ ਆਜ ਹੀ ਬੰਦ ਹੈ ਬਤਾ ਰਹੇ ਕਿ 21 ਤਾਰੀਖ ਕੋ ਖੁੱਲਣਾ ਹੈ। ਇਹ ਕਿਉਂ ਬੰਦ ਕੀਆ ਹੈ? ਇਹ ਕਰੋਨਾ ਵਾਇਰਸ ਕੇ ਚਲਤੇ ਜੀ, ਕਿ ਗਵਰਨਮੈਂਟ ਨੇ ਕਿਹਾ ਇਸਕੋ ਬੰਦ ਕਰਨੇ ਕੇ ਲੀਏ, ਤੋ ਵਾਇਰਸ ਕੇ ਚਲਤੇ ਇਸਕੋ ਬੰਦ ਕੀਆ ਗਿਆ ਜੀ। ਤੋ ਕੈਸਾ ਫੈਸਲਾ ਸਮਝਦੇ ਹੋ ਗਵਰਨਮੈਂਟ? ਇਹ ਬਹੁਤ ਹੀ ਵਧੀਆ ਫੈਸਲਾ ਹੈ ਜੋ ਗਵਰਨਮੈਂਟ ਨੇ ਲਿਆ ਹੈ ਲੋਕੋ ਕੇ ਚਲਤੇ, ਔਰ ਅੱਛਾ ਕਦਮ ਉਠਾਇਆ ਗਵਰਨਮੈਂਟ ਨੇ ਕਰੋਨਾ ਵਾਇਰਸ ਕੇ ਚਲਤੇ, ਕਿਉਂਕਿ ਇਹ ਵਾਇਰਸ ਕਾਫੀ ਫੈਲ ਵੀ ਰਹਾ ਹੈ, ਇਸਸੇ ਜੋ ਪ੍ਰੋਟੈਕਸ਼ਨ ਵੋਟੇਸ਼ਨ ਜੋ ਵੀ ਹੋਤਾ ਹੈ ਵੋ ਸਭ ਠੀਕ ਹੈ, ਅੱਛਾ ਫੈਸਲਾ ਹੈ ਗਵਰਨਮੈਂਟ ਦਾ। ਸਰ ਬਲਜਿੰਦਰ ਸਿੰਘ ਜੀ ਨਾਮ, ਹਰੀਕੇ ਤੋਂ ਆਏ ਹਾਂ ਜੀ, ਤਰਨ ਤਾਰਨ ਜ਼ਿਲ੍ਹੇ ਤੋਂ। ਹਾਂਜੀ, ਅਸੀਂ ਇੱਥੇ ਆਏ ਸੀ ਕੋਰੀਡੋਰ 'ਤੇ ਦਰਸ਼ਨ ਕਰਨ, ਪਰ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਬੰਦ ਕੀਤਾ ਗਿਆ 31 ਤਰੀਕ ਤੱਕ, ਅਤੇ ਅਸੀਂ ਹੁਣ ਵਾਪਸ ਜਾ ਰਹੇ ਹਾਂ ਜੀ। ਕਰੋਨਾ ਵਾਇਰਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਮਤਲਬ ਸਰਕਾਰ ਹੈ, ਸਾਵਧਾਨੀਆਂ ਵਰਤੀਆਂ? ਹਾਂਜੀ, ਵਧੀਆ ਕਦਮ ਹੈ ਜੀ ਸਰਕਾਰ ਦਾ, ਬਹੁਤ ਵਧੀਆ ਹੈ। ਹਾਂਜੀ, ਮਤਲਬ ਆਪਣੀ ਸੇਫਟੀ ਵਾਸਤੇ ਹੀ ਆਏ ਕਿ ਆਪਾਂ ਜ਼ਿਆਦਾ ਬੰਦੇ ਜਿਹੜੇ ਉਹ ਨਾ ਇਕੱਠੇ ਹੋਣ, ਅਤੇ ਜਿੰਨਾ ਵੀ ਹੋ ਸਕਦਾ ਬਚਿਆ ਜਾਵੇ ਤੋਂ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।